ਜਜ਼ਬਾ ਜਨੂਨ ਪੰਜਾਬ ਵਿਧਾਨ ਸਭਾ ਦੇ ਚੋਣਾਂ ਦੇ ਨਤੀਜੇ ਕੱਲ ਐਲਾਨੇ ਚਾਹ ਚੁਕੇ ਨੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਜਿੱਥੇ ਸੂਬੇ ਦੇ ਵਿੱਚ ਪ੍ਰਚੰਡ ਬਹੁਤ ਮਿਲਿਆ ਹੈ ਤੇ ਆਮ ਆਦਮੀ ਪਾਰਟੀ ਦੀਆਂ ਸਰਗਰਮੀਆਂ ਸਰਗਰਮੀਆਂ ਇੱਕ ਪਾਸੇ ਜਿੱਥੇ ਸਰਕਾਰ ਬਣਾਉਣ ਵਾਲੇ ਪਾਸੇ ਲਗਾਤਾਰ ਵੱਧ ਰਹੀਆਂ ਨੇ ਉੱਥੇ ਹੀ ਦੂਜੇ ਪਾਸੇ ਕਾਂਗਰਸ ਦੀਆਂ ਸਰਗਰਮੀਆਂ ਵੀ ਜਿਹੜੀਆਂ ਨੇ ਉਹ ਹੁਣ ਸੀਮਤ ਹੋ ਕੇ ਰਹਿੰਦੀਆਂ ਦਿਖਾਈ ਦੇ ਰਹੀਆਂ ਨੇ ਇਸ ਵਕਤ ਅਸੀਂ ਮੌਜੂਦ ਹਾਂ ਅੰਮ੍ਰਿਤਸਰ ਦੇ ਹੋਲੀ ਸਿਟੀ ਹੋਲੀ ਸਿਟੀ ਖੇਤਰ ਦੇ ਵਿੱਚ ਜਿੱਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਹਾਇਸ਼ ਹੈ ਤੇ ਰਹਾਇਸ਼ ਦੇ ਬਾਹਰ ਦੇਖ ਸਕਦੇ ਹੋ ਕਿ ਸਨਾਟਾ ਪੂਰੀ ਤਰ੍ਹਾਂ ਪਸਰਿਆ ਹੋਇਆ ਹੈ ਨਵਜੋਤ ਸਿੰਘ ਸਿੱਧੂ ਦਾ ਕਾਫਲਾ ਜਰੂਰ ਕਾਫਲੇ ਦੇ ਵਿੱਚ ਜਿਹੜੇ ਵਾਹਨ ਨੇ ਲੱਗੇ ਹੋਏ ਨੇ ਸੁਰੱਖਿਆ ਕਰਮੀ ਮੌਜੂਦ ਨੇ ਉਸ ਤੋਂ ਇਲਾਵਾ ਹੋਰ ਕੋਈ ਵੀ ਕਾਂਗਰਸੀ ਕਾਰਕੁਨ ਜਾਂ ਕੋਈ ਵੀ ਕੋਸਟਰ ਨਵਜੋਤ ਸਿੰਘ ਸਿੱਧੂ ਦੇ ਨਾਲ ਅੱਜ ਮੁਲਾਕਾਤ ਨਹੀਂ ਕਰ ਸਕਿਆ ਤੇ ਹਾਲੇ ਤੱਕ ਵੀ ਨਵਜੋਤ ਸਿੰਘ ਸਿੱਧੂ ਦੇ ਕੀ ਅਗਲੇ ਪ੍ਰੋਗਰਾਮ ਨੇ ਉਸ ਬਾਰੇ ਵੀ ਕੋਈ ਜਾਣਕਾਰੀ ਜਿਹੜੀ ਆ ਉਹ ਨਹੀਂ ਸ਼ੇਅਰ ਕੀਤੀ ਜਾ ਰਹੀ ਹਾਲਾਂਕਿ ਕੱਲ ਨਵਜੋਤ ਸਿੰਘ ਸਿੱਧੂ ਨੇ ਚੰਡੀਗੜ੍ਹ ਮੀਟਿੰਗ ਰੱਖੀ ਸੀ ਜਿਸ ਨੂੰ ਚੋਣ ਨਤੀਜੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਜਾਣ ਤੋਂ ਬਾਅਦ ਉਹ ਉਸ ਨੂੰ ਕੈਨਸਲ ਕਰ ਦਿੱਤਾ ਗਿਆ ਸੀ ਤੇ ਨਵਜੋਤ ਸਿੰਘ ਸਿੱਧੂ ਆਪਣੇ ਘਰ ਦੇ ਵਿੱਚ ਹੀ ਹਲੇ ਤੱਕ ਮੌਜੂਦ ਨੇ ਨਵਜੋਤ ਸਿੰਘ ਸਿੱਧੂ ਦੀ ਵੀ ਜੇ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਵੀ ਇਸ ਵਾਰ ਪਹਿਲੀ ਵਾਰ ਹਾਰ ਦਾ ਜਿਹੜਾ ਇਸ ਵਾਰ ਮੂੰਹ ਦੇਖਣਾ ਪਿਆ ਹੈ ਲਗਾਤਾਰ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਦੇ ਵਿੱਚ 2004 ਤੋਂ ਚੋਣਾਂ ਲੜਦੇ ਆ ਰਹੇ ਸੀ ਨਵਜੋਤ ਸਿੰਘ ਸਿੱਧੂ ਦਾ ਪਰਿਵਾਰ ਚੋਣਾਂ ਲੜਦਾ ਆ ਰਿਹਾ ਸੀ ਤਿੰਨ ਵਾਰ ਲਗਾਤਾਰ ਲੋਕ ਸਭਾ ਦੀ ਚੋਣ ਨਵਜੋਤ ਸਿੰਘ ਸਿੱਧੂ ਜਿੰਨਾਂ ਜੀ ਕਾਮਯਾਬ ਰਹੇ ਸਨ ਫਿਰ ਉਹਨਾਂ ਦੇ ਧਰਮ ਪਤਨੀ ਡਾਕਟਰ ਨਵਜੋਤ ਗੌਰ ਸਿੱਧੂ ਵਿਧਾਇਕਾ ਬਣੇ ਸੀ ਭਾਰਤੀ ਜਨਤਾ ਪਾਰਟੀ ਵੱਲੋਂ ਤੇ 2017 ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਹੂੰ ਜਾਂ ਫਿਰ ਜਿੱਤ ਪ੍ਰਾਪਤ ਕੀਤੀ ਸੀ ਵਿਧਾਨ ਸਭਾ ਹਲਕਾ ਪੂਰਬੀ ਤੋਂ ਜਿੱਥੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਰਜਿਸਟ੍ਰੇਸ਼ਨ ਨੂੰ 43000 ਦੇ ਮਾਰਜਿਨ ਦੇ ਨਾਲ ਹਰਾਇਆ ਸੀ ਪਰ ਇਸ ਵਾਰ ਨਵਜੋਤ ਸਿੰਘ ਸਿੱਧੂ ਉਹ ਜਲਵਾ ਦਿਖਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ ਜਿਸ ਦਾ ਮੁੱਖ ਕਾਰਨ ਇਹ ਸੀ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਟਕੌਣੀ ਮੁਕਾਬਲੇ ਦੇ ਵਿੱਚ ਇਸ ਵਾਰ ਫਸ ਚੁੱਕੇ ਸਨ ਜਿਸ ਦੇ ਨਾਲ ਅਕਾਲੀ ਦਲ ਵੱਲੋਂ ਵਿਕਰਮ ਸਿੰਘ ਮਚੀਟਿਆ ਤੇ ਆਮ ਆਦਮੀ ਪਾਰਟੀ ਵੱਲੋਂ ਡਾਕਟਰ ਜੀਵਨਜੋਤ ਕੋਰ ਦੇ ਨਾਲ ਮੁਕਾਬਲਾ ਸੀ ਤੇ ਜੀਵਨਜੋਤ ਕੋਰ ਇਸ ਮੁਕਾਬਲੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ 6600 ਦੇ ਵੋਟਾਂ ਦੇ ਨਾਲ ਹਰਾਉਣ ਦੇ ਵਿੱਚ ਕਾਮਯਾਬ ਰਹੇ ਹਨ ਮਾਝੇ ਦੇ ਵਿੱਚ ਜੇ ਗੱਲ ਕੀਤੀ ਜਾਵੇ ਨਵਜੋਤ ਸਿੰਘ ਸਿੱਧੂ ਦੇ ਰੋਲ ਦੀ ਤਾਂ ਨਵਜੋਤ ਸਿੰਘ ਸਿੱਧੂ ਨੇ ਪਿਛਲੀ ਵਾਰ ਮਾਝੇ ਦੇ ਵਿੱਚ ਜਿਵੇਂ ਇੱਕ ਲਗਾਤਾਰ ਧੂਆਂਧਾਰ ਪ੍ਰਚਾਰ ਕੀਤਾ ਸੀ ਭਾਰਤੀ ਜਨਤਾ ਪਾਰਟੀ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਹਨ ਰਾਜ ਸਭਾ ਦੀ ਛੱਡ ਕੇ ਤਾਂ ਫਾਇਰ ਬ੍ਰੈਂਡ ਨੇ ਜਿਵੇਂ ਨੇਤਾ ਵਜੋਂ ਨਵਜੋਤ ਸਿੰਘ ਸਿੱਧੂ ਉਬਰੇ ਸੰਤੇ ਪੂਰੇ ਮਾਝੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਧੂਆਧਾਰ ਪ੍ਰਚਾਰ ਕੀਤਾ ਸੀ ਪਠਾਨਕੋਟ ਦੇ ਪਠਾਨਕੋਟ ਤੋਂ ਲੈ ਕੇ ਕੇਮ ਕਰਨ ਤੱਕ ਜਿੰਨੀਆਂ ਵੀ ਮਾਝ ਦੇਆਂ ਸੀਟਾਂ ਸੀ ਸਰਾਦੀ ਖੇਤਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਪੂਰਾ ਰਿਸਪੌਂਸ ਮਿਲਿਆ ਸੀ ਪਰ ਇਸ ਵਾਰ ਨਵਜੋਤ ਸਿੰਘ ਸਿੱਧੂ ਕਈ ਕਾਰਨਾਂ ਦੇ ਕਰਕੇ ਆਪਣੇ ਹਲਕੇ ਤੱਕ ਹੀ ਸੀਮਤ ਰਹਿ ਗਏ ਇੱਕ ਤਾਂ ਉਹ ਖੁਦ ਸਖਤ ਟੱਕਰ ਦੇ ਵਿੱਚ ਫਸੇ ਹੋਏ ਸਨ ਕਿਉਂਕਿ ਅਕਾਲੀ ਦਲ ਵੱਲੋਂ ਵਿਕਰਮਜੀਤ ਤੋ ਗਿਆ ਸੀ ਡਾਕਟਰ ਜੀਵਨ ਜੋਤ ਕੋਰ ਚੌਣ ਮੈਦਾਨ ਦੇ ਵਿੱਚ ਸੰਤਾ ਇਸ ਤੋਂ ਬਾਅਦ ਤਾਂ ਨਾਲ ਹੀ ਕੁਝ ਪਾਰਟੀ ਵੱਲੋਂ ਵੀ ਵਖਰੇਵੇਂ ਜੋ ਮੁੱਖ ਮੰਤਰੀ ਦੇ ਨਾਲ ਉਹਨਾਂ ਦੇ ਲਗਾਤਾਰ ਸਬੰਧ ਜਿਹੜੇ ਸੀਗੇ ਉਹ ਹਾਲਾਂਕਿ ਚਰਨਜੀਤ ਸਿੰਘ ਚੰਨੀ ਨਵਜੋਤ ਸਿੰਘ ਸਿੱਧੂ ਦੇ ਹੱਕ ਦੇ ਵਿੱਚ ਰੋਡ ショਅ ਕਰਕੇ ਗਏ ਸਨ ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਪ੍ਰਿਆੰਕਾ ਗਾਂਧੀ ਉਹ ਵੀ ਚੋਂਨ ਪ੍ਰਚਾਰ ਰੋਡ ショਅ ਕਰਕੇ ਗਏ ਸਨ ਤਾਂ ਇਸ ਸਭ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਜਿਹੜੇ ਸੀ ਉਹ ਆਪਣੀ ਸੀਟ ਨਹੀਂ ਬਚਾ ਸਕੇ ਕਾਂਗਰਸ ਨੂੰ ਵੱਡਾ ਜਿਹੜਾ ਇਸ ਦਾ ਨੁਕਸਾਨ ਚੱਲਣਾ ਪਿਆ ਹੈ ਨਾਲ ਹੀ ਜਿਵੇਂ ਕਿ ਚਰਨਜੀਤ ਸਿੰਘ ਚੰਨੀ ਵੀ ਦੋਵੇਂ ਸੀਟਾਂ ਆਪਣੀਆਂ ਹਾਰ ਚੁੱਕੇ ਨੇ ਤਾਂ ਕਾਂਗਰਸ ਦੇ तमाम ਜਿਹੜੇ ਦਿਗੇ ਸਨ ਕਾਂਗਰਸ ਤੋਂ ਇਲਾਵਾ ਕਾਲੀ ਦਲ ਦੇ ਵੀ ਜਿਹੜੇ ਵੱਡੇ ਦਿਗੇ ਸਨ ਉਹ ਸਭ ਆਪ ਦੀ ਹਨੇਰੀ ਦੇ ਵਿੱਚ ਜਿਹੜੇ ਸੀ ਉਹ ਵਹਿ ਗਏ ਤਾਂ ਹੁਣ ਕਾਂਗਰਸ ਦੀ ਅਗਲੀ ਰਣਨੀਤੀ ਕੀ ਹੋਵੇਗੀ ਕਿਵੇਂ ਹਾਲਾਂਕਿ ਕਾਂਗਰਸ ਦੇ ਆਪਣੀ 18 ਵਿਧਾਇਕ ਜਿਹੜੇ ਨੇ ਉਹ ਬਣ ਕੇ ਬਣੇ ਨੇ ਪਰ ਅਕਾਲੀ ਦਲ ਨੂੰ ਜਿਵੇਂ ਕਿ ਅੰਮ੍ਰਿਤਸਰ ਮਾਝੇ ਦੇ ਵਿੱਚੋਂ ਹਮੇਸ਼ਾ ਹੀ ਕਾਲ ਗਲ ਕਹੀ ਵਾ ਕਾਂਗਰਸ ਦੇ ਅਕਾਲੀ ਦਲ ਦੇ ਵਿਚਾਲੇ ਸਿੱਧੀ ਟੱਕਰ ਹੁੰਦੀ ਸੀ ਪਰ ਇਸ ਵਾਰ ਅਕਾਲੀ ਦਲ ਦਾ ਪੂਰੀ ਤਰ੍ਹਾਂ ਸੂਪੜਾ ਸਾਫ ਮਾਝੇ ਦੇ ਵਿੱਚੋਂ ਹੋ ਗਿਆ ਸਿਰਫ ਇੱਕ ਸੀਟ ਜਿਹੜੀ ਅੰਮ੍ਰਿਤਸਰ ਜ਼ਿਲ੍ਹੇ ਦੀ ਜੇ ਗੱਲ ਕੀਤੀ ਜਾਵੇ ਤਾਂ ਗਨੀਬ ਕੌਰ ਮਜੀਠੀਆ ਜਿਹੜੇ ਨਵਜੋ ਵਿਕਰਮਜੀਠੀਆ ਦੇ ਧਰਮ ਪਤਨੀ ਨੇ ਉਹਨਾਂ ਦੇ ਉਹ ਜੀਠਾਲ ਕੇ ਦੋ ਜਿੱਤ ਪ੍ਰਾਪਤ ਕੀਤੀ ਹੈ ਤਾਂ ਤਿੰਨੋਂ ਗੇਟ ਜਿਹੜੇ ਨੇ ਨਵਜੋਤ ਸਿੰਘ ਸਿੱਧੂ ਦੇ ਘਰ ਜਿਹੜੇ ਗੇਟ ਨੇ ਫਿਲਹਾਲ ਮੌਜੂਦ ਨੇ ਕੋਈ ਐਕਟੀਵਿਟੀ ਨਹੀਂ ਦੇਖ ਰਹੀ ਤਾਂ ਨਵਜੋਤ ਸਿੰਘ ਸਿੱਧੂ ਅਗਲੇ ਦਿਨਾਂ ਦੇ ਵਿੱਚ ਜਾਂ ਲੇਟੈਸਟ ਕੀ ਉਹਨਾਂ ਦੀ ਜਿਹੜੀ ਐਕਟੀਵਿਟੀ ਰਹੇਗੀ ਉਸਤੇ ਸਾਡੀ ਨਜ਼ਰ ਬਣੀ ਰਹੇਗੀ ਪਰ ਮਾਜੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਜੇ ਇਹ ਗੱਲ ਕਿਉਂਕਿ ਸਾਰੇ ਹੀ ਉਮੀਦਵਾਰ ਇਹ ਹਾਲਾਤਾਂ ਦੇ ਵਿੱਚ ਫਸ ਗਏ ਸਨ ਕਿ ਸਾਰੇ ਆਪਣੀਆਂ ਆਪਣੀਆਂ ਸੀਟਾਂ ਦੇ ਉਤੇ ਚੋਣ ਪ੍ਰਚਾਰ ਜਿਹੜਾ ਸੀ ਉਹ ਕਰਨ ਤੱਕ ਸੀਮਤ ਰਹੇ ਤਾਂ ਨਵਜੋਤ ਸਿੰਘ ਸਿੱਧੂ ਵੀ ਆਪਣੇ ਹਲਕੇ ਦੇ ਤੱਕ ਸੀਮਤ ਰਹੇ ਸੰਤਾ ਅੰਮ੍ਰਿਤਸਰ ਸ਼ਹਿਰ ਦੀ ਵੀ ਬਾਕੀ ਜੇ ਗੱਲ ਕੀਤੀ ਜਾਵੇ ਤਾਂ ਇੱਕ ਵਾਰ ਸਿਰਫ ਸੁਨੀਲ ਦਿੱਤੀ ਦੇ ਹੱਕ ਦੇ ਵਿੱਚ ਉਹਨਾਂ ਨੇ ਪ੍ਰਚਾਰ ਕੀਤਾ ਸੀ ਅੰਮ੍ਰਿਤਸਰ ਸ਼ਹਿਰ ਦੇ ਜਿਹੜੇ ਬਿਲਕੁਲ ਗੁਆਢੀ ਹਲਕੇ ਸੀ ਉਹਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਚੋਣ ਪ੍ਰਚਾਰ ਕਰਨ ਨਹੀਂ ਗਏ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਹੀ ਪੰਜਾਬ ਦੇ ਡਿਪਟੀ ਸੀਐਮ ਉਹ ਵੀ ਸੋਨੀ ਜਿਹੜੇ ਲਗਾਤਾਰ 5 ਚੋਣਾਂ ਵਿਧਾਨ ਸਭਾ ਹਲਕੇ ਦੋ ਦੋ ਹਲਕਿਆਂ ਤੋਂ ਜਿੱਤੇ ਰਹੇ ਸਨ ਪਹਿਲਾਂ ਵੈਸ ਤੋਂ ਤਿੰਨ ਵਾਰ ਲਗਾਤਾਰ ਜਿੱਤੇ ਤੇ ਉਸ ਤੋਂ ਬਾਅਦ ਦੋ ਵਾਰ ਅਮਰਸਰ ਕੇਂਦਰੀ ਹਲਕੇ ਤੋਂ ਤਾਂ ਇਸ ਵਾਰ ਉਹਨਾਂ ਨੂੰ ਵੀ ਡਾਕਟਰ ਅਜੀਤ ਗੁਪਤਾ ਨੇ ਵੱਡੀ ਜਿਹੜੀ ਖਾਰ ਦਿੱਤੀ ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਦੇ ਹੀ ਕ੍ਰਿਬੀ ਇੰਦਰਬੀਰ ਸਿੰਘ ਬਲਾਰੀਆ ਤਿੰਨ ਲਗਾਤਾਰ ਚੋਣਾਂ ਉਹ ਵੀ ਜਿੱਤੇ ਸੀ ਵਿਧਾਨ ਸਭਾ ਹਲਕਾ ਦੱਖਣੀ ਤੋਂ ਤਾਂ ਇਸ ਵਾਰ ਬਲਾਰੀਆ ਪਛੜ ਕੇ ਤੀਸਰੇ ਨੰਬਰ ਤੇ ਰਹਿ ਗਏ ਸਨ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਡਾਕਟਰ ਇੰਦਰਬੀਰ ਸਿੰਘ ਨਿਜਰ ਨੇ ਜਿਹੜਾ ਹੈ ਹਰਾਇਆ ਹੈ ਦੂਸਰੇ ਨੰਬਰ ਤੇ ਕਾਲੀਤਲ ਦੇ ਤਲਵੀਰ ਗਿੱਲ ਰਹੇ ਸਨ ਤਾਂ ਕੁਮਰ ਵਿਜੇ ਪ੍ਰਤਾਪ ਵੀ ਅੰਮ੍ਰਿਤਸਰ ਨਾਰਥ ਤੋਂ ਜੇਤੂ ਰਹੇ ਨੇ ਨਿਲ ਜੋਸ਼ੀ ਨੂੰ ਹਰਾਉਣ ਦੇ ਵਿੱਚ ਉਹ ਕਾਮਯਾਬ ਰਹੇ ਨੇ ਤਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇਕੱਲੇ ਨਵਜੋਤ ਸਿੰਘ ਸਿੱਧੂ ਦੀ ਸੀਟ ਦੇ ਉੱਤੇ ਹੀ ਕਾਂਗਰਸ ਨੂੰ ਨੁਕਸਾਨ ਨਹੀਂ ਚੜਨਾ ਪਿਆ ਸ਼ਹਿਰ ਦੇ ਵਿੱਚ ਤੋਂ ਇਲਾਵਾ ਸਿੰਘ ਸਿੱਧੂ ਦੀ ਜਿਹੜੀ ਗਹਿਰਾਤਰੀ ਸੀ ਉਸ ਦਾ ਨੁਕਸਾਨ ਕਰ ਪਾਰਟੀ ਐਕਮਾਨ ਨੂੰ ਚਲ ਨਾ ਪਿਆ ਇਹ ਮਾਜੇ ਦੀ ਇੱਕ ਹੋਰ ਵੀ ਗੱਲ ਬੜੀ ਖਾਸ ਹੈ ਕਿ ਜੋ ਇੱਕ ਦਲਿਸ ਚੇਰੇ ਵਜੋਂ ਸੀਐਮ ਵਜੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਦੁਬਾਰਾ ਪੇਸ਼ ਕੀਤਾ ਗਿਆ ਸੀ ਤਾਂ ਉਸ ਦਾ ਵੀ ਮਾਜੇ ਦੇ ਵਿੱਚ ਕੋਈ ਅਸਰ ਦੇਖਣ ਨੂੰ ਬਿਲਕੁਲ ਨਹੀਂ ਮਿਲਿਆ ਤੇ ਕਾਂਗਰਸ ਦੇ ਸਟੈਪ ਨੂੰ ਵੀ ਮਾਜੇ ਦੇ ਲੋਕਾਂ ਨੇ ਜਿਹੜਾ ਸੀ ਪੂਰੀ ਤਰ੍ਹਾਂ ਇਸ ਪਾਸੇ ਅੰਮ੍ਰਿਤਸਰ ਤੇ ਤਰਨਤਾਰਨ ਚਿਲਲੇ ਦੇ ਵਿੱਚੋਂ ਨਕਾਰ ਦਿੱਤਾ ਸੀ ਤਾਂ ਕਾਂਗਰਸ ਪਾਰਟੀ ਇਸ ਦਾ ਨੁਕਸਾਨ ਇਕੱਲੇ ਜਿਹੜੀਆਂ ਕਾਂਗਰਸ ਦੀਆਂ 80 ਸੀਟਾਂ ਸੀ ਉਸ ਤੋਂ ਹੁਣ ਘਟ ਕੇ ਜਿਹੜੀਆਂ 18 ਸੀਟਾਂ ਤੱਕ ਆ ਗਈ ਹੈ ਤਾਂ ਇਸ ਦਾ ਨੁਕਸਾਨ ਅਗਲੇ ਦਿਨਾਂ ਦੇ ਵਿੱਚ ਇੱਕ ਪਾਸੇ ਤਾਂ ਸਰਕਾਰ ਤੇ ਹਸੋਂ ਨਿਕਲੀ ਗਈ ਹੈ ਸਰਕਾਰ ਆਮ ਆਦਮੀ ਪਾਰਟੀ ਦੀ ਬਣਨ ਜਾ ਰਹੀ ਹੈ ਪ੍ਰਚੰਡ ਬੋਮੇਦ ਦੇ ਨਾਲ ਤਾਂ ਰਾਜ ਸਭਾ ਦੀਆਂ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਉਸ ਦੇ ਵਿੱਚ ਵੀ ਜੇਕਰ ਪੁਰਾਣੀ ਸਥਿਤੀ ਦੇ ਮੁਤਾਬਕ ਰਹਿੰਦੀ ਤਾਂ ਕਾਂਗਰਸ ਦੇ ਕੋਲ ਪੰਜ ਰਾਜ ਸਭਾ ਮੈਂਬਰ ਹੋਣੇ ਸਨ ਪਰ ਹੁਣ ਕਾਂਗਰਸ ਨੂੰ ਮੁਸ਼ਕਲ ਹੀ ਇੱਕ ਰਾਜ ਸਭਾ ਮੈਂਬਰ ਦੇ ਨਾਲ ਹੀ ਸਬਰ ਕਰਨਾ ਪਏਗਾ ਜਦਕਿ ਪੰਜ ਜਿਹੜੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਪੰਜਾਬ ਚ ਚੁਣੇ ਜਾਣੇ ਸ਼ੋਰ ਨਹੀਂ ਤਾਂ ਇਹ ਇੱਕ ਵੱਡਾ ਨੁਕਸਾਨ ਜਿਹੜਾ ਕਾਂਗਰਸ ਪਾਰਟੀ ਨੂੰ ਚੱਲਣਾ ਪਿਆ ਇਹ ਪੰਜਾਬ ਦੇ ਵਿੱਚੋਂ ਇੱਕ ਸਮਾਂ ਸੀ ਜਿਸ ਵੇਲੇ ਕੈਪਟਨ ਮਰਿੰਦਰ ਸਿੰਘ ਨੂੰ ਹਰਾਇਆ ਗਿਆ ਸੀ ਤਾਂ ਨਵਜੋਤ ਸਿੰਘ ਸਿੱਧੂ ਉਸ ਵੇਲੇ ਇਹਨੇ ਐਕਟਿਵਸਨਤਾ ਇੰਨੀ ਨਵਜੋਤ ਸਿੰਘ ਸਿੱਧੂ ਦੀ ਪੋਪੂਲਾਰਿਟੀ ਸੀ ਕਿ ਜੇਕਰ ਕਾਂਗਰਸ ਇਸ ਢੰਗ ਦੇ ਨਾਲ ਇਸ ਨੂੰ ਪਹੁੰਚਾਉਣ ਦੇ ਵਿੱਚ ਇੱਕ ਪਲੈਨਿੰਗ ਦੇ ਨਾਲ ਚੱਲਦੀ ਤਾਂ ਅੱਜ ਕਾਂਗਰਸ ਨੂੰ ਇਹ ਦਿਨ ਨਹੀਂ ਸੀ ਦੇਖਣੇ ਪੈਣੇ ਕਿਉਂਕਿ ਕਰਤਾਰਪੁਰ ਕੋਰੀਡੋਰ ਦਾ ਲਾਂਘਾ ਖੁੱਲਣ ਵੀ ਲੇਕਿਨ ਨਵਜੋਤ ਸਿੰਘ ਸਿੱਧੂ ਦੀ ਇਮੇਜ ਲੋਕਾਂ ਦੇ ਵਿੱਚ ਬਣੀ ਹੋਈ ਸੀ ਤਾਂ ਇਮਾਨਦਾਰ ਸ਼ਵੀਰ ਨਵਜੋਤ ਸਿੰਘ ਸਿੱਧੂ ਦੀ ਹਮੇਸ਼ਾ ਹੀ ਉਹਨਾਂ ਦੇ ਹੱਕ ਦੇ ਵਿੱਚ ਜਾਂਦੀ ਰਹੀ ਹੈ ਪਰ ਇਸ ਵਾਰ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਵਿਰੋਧ ਦਾ ਵਿੱਚ ਜਿਹੜਾ ਸਾਹਮਣੇ ਇਸ ਕਰਕੇ ਸਾਹਮਣਾ ਕਰਨਾ ਪਿਆ ਕਿਉਂਕਿ ਆਮ ਖੁਦ ਨਵਜੋਤ ਸਿੰਘ ਸਿੱਧੂ ਆਪਣੀ ਲਗਾਤਾਰ ਹਲਕੇ ਦੇ ਵਿੱਚ ਐਪਰੈਜ਼ੈਂਸ ਨੂੰ ਲੈ ਕੇ ਵੀ ਲੋਕਾਂ ਦੇ ਕੋਲੋਂ ਕਈ ਵਾਰ ਮਾਫੀ ਵੀ ਮੰਗਦੇ ਨਜ਼ਰ ਆਏ ਸੀ ਤੇ ਕਈ ਵਾਰ ਨਵਜੋਤ ਸਿੰਘ ਸਿੱਧੂ ਨੇ ਇਹ ਵੀ ਆਖਿਆ ਸੀ ਕਿ ਉਹ ਆਪਣੀ ਜਿਹੜੇ ਆ ਫੋਨ ਨੰਬਰ ਵੀ ਸਾਰਿਆਂ ਨਾਲ ਸ਼ੇਅਰ ਕਰਨਗੇ ਲਗਾਤਾਰ ਹਲਕੇ ਦੇ ਵਿੱਚ ਮੌਜੂਦ ਰਹਿਣਗੇ ਹਰ ਸਟੇਜ ਤੋਂ ਨਵਜੋਤ ਸਿੰਘ ਸਿੱਧੂ ਨੇ ਇਹ ਗੱਲ ਦਾ ਐਲਾਨ ਕੀਤਾ ਸੀ ਪਰ ਉਸ ਦੇ ਬਾਵਜੂਦ ਵੀ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਨਵਜੋਤ ਸਿੰਘ ਸਿੱਧੂ ਦੀ ਜੇ ਪਰਸਨਲ ਤੌਰ ਤੇ ਗੱਲ ਕੀਤੀ ਜਾਵੇ ਤਾਂ ਬਟਾਲਾ ਰੋਡ ਦਾ ਏਰੀਆ ਖੇਤਰ ਸੀਗਾ ਜਿੱਥੇ ਤਾਕਤ ਸੀ ਇਸ ਕਿਉਂਕਿ ਬੇਸਿਕਲੀ ਨਵਜੋਤ ਸਿੰਘ ਸਿੱਧੂ ਜੇ ਸੀਟ ਤੋਂ ਹਾਰੇ ਨੇ ਕਾਂਗਰਸ ਦੀ ਸੀਟ ਸੀ ਸਿਰਫ ਬੀ ਜੀ ਪੀ ਨੇ ਇੱਕ ਵਾਰੀ ਇਸ ਕਰਕੇ ਸੀਟ ਤੋਂ ਜਿੱਤੀ ਸੀ ਕਿ ਜਦੋਂ ਇਸ ਜਗ੍ਹਾ ਦੇ ਉੱਤੋਂ ਨਵਜੋਤ ਸਿੰਘ ਜਿਹੜੇ ਨੇ ਬੀ ਜੀ ਪੀ ਦੇ ਵਿੱਚ ਚਲੇ ਗਏ ਸਨ ਤਾਂ ਕੁਝ ਕਾਰਕੁਨ ਜਾਂ ਕੁਝ ਸਮਰਥਕ ਨੇ ਉਹ ਨਵਜੋਤ ਸਿੰਘ ਸਿੱਧੂ ਦੇ ਘਰ ਜ਼ਰੂਰ ਇਸ ਵਕਤ ਦਾਖਲ ਹੋ ਰਹੇ ਨੇ ਪਰ ਵੱਡੇ ਪੱਧਰ ਦੇ ਉੱਤੇ ਜਿਹੜੇ ਕਾਂਗਰਸੀ ਹਲੇ ਤੱਕ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਮਿਲੇ ਤਾਂ ਪੂਰੀ ਤਰ੍ਹਾਂ ਅਜੇ ਵੀ ਸਨਨਾਟਾ ਹੈ ਤਾਂ ਕੋਈ ਹਾਲਤ ਜਿਆਦਾ ਨਹੀਂ ਦਿਖਾਈ ਦੇ ਰਹੀ ਤਾਂ ਇਸ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿੱਥੇ ਕਦੀ ਕਾਂਗਰਸ ਦਾ ਇਹ ਸ਼ਹਿਰ ਗੜ ਹੁੰਦਾ ਸੀ ਤਾਂ ਉਸ ਸ਼ਹਿਰ ਦੇ ਵਿੱਚ ਹੁਣ ਜਿੱਥੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਈ ਜ਼ਿਲ੍ਹਿਆਂ ਦੇ ਵਿੱਚ ਕਾਂਗਰਸੀ ਆਗੂਆਂ ਨੂੰ ਅਕਾਲੀ ਦਲ ਦੇ ਆਗੂਆਂ ਨੂੰ ਧੂੜ ਚਟਾਈਆ ਉੱਥੇ ਹੀ ਅੰਮ੍ਰਿਤਸਰ ਦੇ ਵਿੱਚ ਉੱਥੇ ਹੀ ਨਵਜੋਤ ਸਿੰਘ ਸਿੱਧੂ ਸਮੇਤ ਸ਼ਹਿਰ ਦੀਆਂ 5 ਸੀਟਾਂ ਹੀ ਆਮ ਆਦਮੀ ਪਾਰਟੀ ਜਿੱਤਣ ਲਈ ਕੰਮ ਤਾਂ ਹੁਣ ਇਸ ਤੋਂ ਬਾਅਦ ਕਾਂਗਰਸੀ ਜਿਹੜੇ ਨੇ ਕਾਂਗਰਸੀ ਕਾਰਕੁਨ ਜਨਵਜੋਤ ਸਿੰਘ ਸਿੱਧੂ ਦੀ ਕੀ ਐਕਟਿਵ ਬਿਟੀ ਰਹਿੰਦੀ ਹੈ ਉਸ ਤੇ ਸਾਡੀ ਨਜ਼ਰ ਬਣੀ ਰਹੇਗੀ ਪਲ-ਪਲ ਦੀ ਖਬਰ ਇਹ ਵੀ ਸਾਂਝਾ ਤੇ ਜਿਹੜੀਆਂ ਉਹ ਦਿੰਦੇ ਰਾਵਾਂਗੇ ਤਾਂ ਹੁਣ ਵੇਲਾ ਹੈ ਇੱਕ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਹੋਰ ਖਬਰਾਂ ਦੀ ਅਪਡੇਟ ਦੇ ਨਾਲ ਦੇਖਦੇ ਰਹੋ এবੀਪੀ ਸਾਂਝਾ এবੀਪੀ